ਜੀ ਪਿਆਰੇ ਭਾਈਓ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਵਾਂ ਲੇਕਿਨ ਮੈਂ ਸਟਾਰਟ ਦੇ ਵਿੱਚ ਹੀ ਦੱਸ ਦਵਾਂ ਕਿ ਇਹ ਵੀਡੀਓ ਜਿਹੜੀ ਐ ਜ਼ਿਆਦਾ ਦੇਰਾਂ ਨਾਲ ਫਾਇਦੇਮੰਦ ਜਿਹੜੀ ਉਹ ਇੰਡੀਅਨ ਭਾਈਆਂ ਲਈ ਹੈ ਜਿਹੜੇ ਮੇਰੇ ਭਾਈ ਇੰਡੀਅਨ ਨੇ ਨਾ ਇੰਡੀਆ 'ਚ ਤਾਲੁਕ ਰੱਖਦੇ ਨੇ ਇੰਡੀਆ ਉਹ ਪੈਸੇ ਸੈਂਡ ਕਰਦੇ ਨੇ ਇਹ ਵੀਡੀਓ ਜ਼ਿਆਦਾ ਜਿਹੜੀ ਹੈ ਨਾ ਉਹਨਾਂ ਦੇ ਲਈ ਹੈ ਲੇਕਿਨ ਅਗਰ ਪਾਕਿਸਤਾਨੀ ਵੀ ਕੋਈ ਦੇਖ ਰਿਹਾ ਹੋਵੇ ਤੇ ਉਹਨੂੰ ਵੀ ਕਦੇ ਜ਼ਰੂਰਤ ਪੈ ਜਾਂਦੀ ਹੈ ਪਰ ਇੰਡੀਆ ਪੈਸੇ ਸੈਂਡ ਕਰਨ ਦੇ ਤੇ ਉਹ ਵੀ ਇਹ ਵੀਡੀਓ ਜਿਹੜੀ ਉਹ ਦੇਖ ਸਕਦਾ ਹੈ ਅੱਗੇ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਵੈਬਸਾਈਟਾਂ ਜਿਹੜੀਆਂ ਨੇ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਉੱਤੇ ਤੁਸੀਂ ਆਪਣਾ ਪੈਸੇ ਸੈਂਡ ਕਰ ਸਕਦੇ ਜੇ ਇੰਡੀਆ ਲੇਕਿਨ ਆਪਣਾ ਜਿਹੜੀ ਅੱਜ ਦੀ ਹੈ ਨਾ ਇਹਦੇ ਵਿੱਚ ਮੈਂ ਰਿਵਾਇਰ ਦੇ ਬਾਰੇ ਤੇ ਦੱਸਾਂਗਾ ਕਿ ਰਿਵਾਇਰ ਇੱਕ ਨਵੀਂ ਵੈਬਸਾਈਟ ਹੈ ਤੇ ਇਹਦੇ ਬਾਰੇ ਦਾ ਮੁਕੰਮਲ ਡਿਟੇਲ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਮੈਂ ਤੁਹਾਡਾ ਟਾਈਮ ਜ਼ਾਇਆ ਨਹੀਂ ਕਰਤਾ ਆਪਣਾ ਇਹ ਮੇਰਾ ਜੀ ਚੈਨਲ ਹੈ ਜਿਨ੍ਹਾਂ ਵੀ ਨਵੇਂ ਦੋਸਤ ਨੇ ਲਾਜ਼ਮੀ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦੇ ਉੱਤੇ ਲਾਜ਼ਮੀ ਕਲਿੱਕ ਕਰਿਓ ਕਿ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਸਾਰਿਆਂ ਤੇ ਆਪਣਾ ਮੈਂ ਵੈਬਸਾਈਟ ਓਪਨ ਕਰਨਾ ਜੀ ਰਿਵਾਇਰ ਰਿਵਾਇਰ ਇੱਥੇ ਲਿਖਣਾ ਗੂਗਲ ਤੇ ਤੁਸੀਂ ਗੂਗਲ ਤੇ ਜਾਣਾ ਰਿਵਾਇਰ ਲਿਖਣਾ ਤੇ ਆ ਜਿਹੜੀ ਪਹਿਲੀ ਵੈਬਸਾਈਟ ਆਏਗੀ ਨਾ ਇਹਨੂੰ ਤੁਸੀਂ ਓਪਨ ਕਰ ਲੈਣਾ ਠੀਕ ਹੈ ਇਹ ਜਿਹੜੀ ਹੈ ਨਾ ਦੇਖੋ ਇੱਥੇ ਮੈਂ ਤੁਹਾਨੂੰ ਸਟਾਰਟ ਦੇ ਵਿੱਚ ਦੱਸਦਾ ਕਰਮਾ ਇੱਥੇ ਆਣਾ ਨਾ ਸੈਂਡ ਮਨੀ ਇਹ ਆ ਚੰਦ ਕੰਟਰੀਆਂ ਨੇ ਜਿਨ੍ਹਾਂ ਤੇ ਪੈਸੇ ਜਿਹੜਾ ਨਾ ਟਰਾਂਸਫਰ ਹੁੰਦੇ ਨੇ ਜਿਵੇਂ ਕਿ ਨਾਈਜੀਰੀਆ ਹੋ ਗਿਆ ਇੰਡੀਆ ਹੋ ਗਿਆ ਫਿਰ ਪਾਇਨ ਹੋ ਗਿਆ THAILAND ਹੋ ਗਿਆ SRI LANKA ਨੇਪਾਲ ਤੇ ਚਾਈਨਾ ਇਹਨਾਂ ਦੇ ਮੁਲਕਾਂ ਚ ਨਾ ਪੈਸੇ ਜਿਹੜੇ ਨੂੰ ਟ੍ਰਾਂਸਫਰ ਕਰ ਸਕਨੇ ਆ ਤੇ ਇਹਦੀ ਆਪਣਾ ਚੰਗੀ ਗੱਲ ਕੀ ਹੈ ਜੀ ਮੈਂ ਆਪਣਾ ਇੱਥੇ ਹਫਤਾਬ ਕਰੰਸੀ ਜਿਹੜੀ ਹੈ ਨਾ ਉਹ ਵੀ ਓਪਨ ਕਰ ਲੈਣਾ ਤੇ ਸੋਡੀਟੀ ਐਕਮੈਂਟਰੀ ਇਸ ਮਨੀ ਟ੍ਰਾਂਸਫਰ ਲਿਖ ਲੈਣਾ ਗੌਰਨਲ ਆਪਣਾ ਵੀਡੀਓ ਦੇਖ ਲਿਓ ਜੀ ਮੈਂ ਆਪਣਾ ਤੁਹਾਨੂੰ ਸਾਰੀ ਸਮਝ ਲੱਗ ਜੇਗੀ ਆ ਦੇਖੋ ਜੀ ਇੱਥੇ ਮੈਂ ਇੰਡੀਆ ਲਿਖ ਦਿਨਾ इंडिया लिख ਦਿੱਤਾ ਉਸ ਤੋਂ ਬਾਅਦ ਮੈਂ ਪ੍ਰੋਸੀਡ ਵਿਦ ਸੈਂਡਿੰਗ ਪੇਮੈਂਟ ਦੇ ਉੱਪਰ ਕਲਿੱਕ ਕਰ ਦੇਣਾ ਇੱਥੇ ਵੀ ਆ ਜੰਨਾ ਇੱਥੇ ਵੀ ਆਪਣਾ ਫਿਲਪਾਈਂ ਦੀ ਜਗ੍ਹਾ ਜਿਹੜਾ ਨਾਮ ਆਂਡੀਆਂ ਲਿਖ ਦੇਣਾ ਦੋਨੋਂ ਦਾ ਮੈਂ ਇੰਡੀਆ ਕਰਤਾ ਉਸ ਤੋਂ ਬਾਅਦ ਆਪਣਾ ਇੱਥੇ ਦੇਖ ਲੈਣੇ ਆ ਕਿ ਕੀ ਰੇਟ ਮਿਲਦਾ ਪਿਆ ਸਾਨੂੰ ਇਹ ਆਪਣਾ 100 ਯੂਰੋ ਇਹ ਤੇ ਇੱਥੇ ਵੀ 100 ਲਿਖ ਲੈਣੇ ਅਚਾਰੀ ਇੱਥੇ ਆਤਾਬ ਤੇ ਜਿਹੜਾ ਰੇਟ ਮਿਲਦਾ ਪਿਆ ਨਾ 100 ਯੂਰੋ ਅਗਰ ਸੈਂਡ ਕਰੀਏ ਤੇ 2.99 ਯਾਨੀ ਕਿ 3 ਯੂਰੋ ਫੀਸ ਲੱਗਦੀ ਹੈ ਤੇ ਰੇਟ ਮਿਲਦਾ ਪਿਆ ਜੀ 87.59 ਤੇ ਪੈਸੇ ਬਣਦੇ ਜੀ 87.59.99 ਤੇ ਅਗਰ ਅਸੀਂ ਇਹਦੇ ਵਾਇਰ ਤੇ ਦੇਖ ਲੈਂਦੇ ਆਂ ਤੇ ਰਿਵਾਇਰ ਤੇ ਦੇਖੋ 88 16 ਬਣਦੇ ਪੈਣ ਇੱਥੇ 87 ਬਣਦੇ ਪੈਣ ਤੇ ਇੱਥੇ 88 ਬਣਦੇ ਪੈਣ ਤੇ ਚੰਗੀ ਗੱਲ ਕਿ ਆਪਣਾ ਰਿਵਾਇਰ ਵਾਲੇ ਜਿਹੜੇ ਨਾ ਉਹ ਪਹਿਲੀ ਜਿਹੜੀ ਪਹਿਲੀ ਟ੍ਰਾਂਜੈਕਸ਼ਨ ਹੈ ਜਾਨੀ ਕਿ ਜਦੋਂ ਅਸੀਂ ਪਹਿਲੀ ਦਫਾ ਇੰਡੀਆ ਬੈਸੇ ਸੈਂਡ ਕਰਾਂਗੇ ਉਹ ਬਿਲਕੁਲ ਫ੍ਰੀ ਦੇ ਰਹੇ ਨੇ ਬਿਲਕੁਲ ਫ੍ਰੀ ਆ ਦੇਖੋ ਫ੍ਰੀ ਟ੍ਰਾਂਸਫਰ ਫਰਸਟ ਟ੍ਰਾਂਸਫਰ ਫ੍ਰੀ ਤੇ ਅਦੀ ਮੈਂ ਇੱਕ ਅਦੀ ਹੋਰ ਤੁਹਾਨੂੰ ਕੱਲ ਦੱਸਦਾ ਕਿ ਇਹਦਾ ਅਗੋ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇੱਥੇ ਇੰਡੀਆ ਤੇ ਮੈਂ ਜ਼ਿਆਦਾ ਪੈਸੇ ਭੇਜੇ ਨਹੀਂ ਕਦੇ ਭੇਜੇ ਨਹੀਂ ਹੈ ਲੇਕਿਨ ਅੱਗੇ ਇੱਕ ਕਦੇ ਜ਼ਰੂਰਤ ਪੈ ਜੇ ਤੇ ਫਿਰ ਦੇਖਾਂਗੇ ਮੈਂ ਜਿਹੜਾ ਨਾ ਵੈਸੇ ਆਫਤਾਕ ਕਰੰਸੀ ਜਿਹੜਾ ਨਾ ਉਹੀ ਯੂਜ਼ ਕਰਨਾ ਵਾ ਲੇਕਿਨ ਐਵੇਂ ਇੰਡੀਅਨ ਭਾਈ ਵਾਲੀ ਐ ਮੈਨੂੰ ਇੱਕ ਐਡ ਆਈ ਸੀ ਤੇ ਮੈਂ ਉਦੋਂ ਫਿਰ ਆਪਣਾ ਨਾਂ ਇਹਦੇ ਉੱਤੇ ਗੌਰ ਕੀਤੀ ਥੋੜੀ ਤੇ ਇਹਦੇ ਬਾਰੇ ਚ ਦੱਸਦਾ ਜੀ ਇਹਦੀ ਫੀਸ ਜਿਹੜੀ ਤੁਸੀਂ ਜਦੋਂ ਪਹਿਲੀ ਟ੍ਰਾਂਜੈਕਸ਼ਨ ਲਾ ਲਵੋਗੇ ਤੁਹਾਡੀ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਇਹਦੀ ਫੀਸ ਆ ਜਾਏਗੀ ਫਿਰ ਤੁਸੀਂ ਐਵੀ ਐਵੀ ਵੈਬਸਾਈਟ ਯੂਜ਼ ਕਰ ਸਕਦੇ ਜੇ ਤੇ ਐਵੀ ਯੂਜ਼ ਕਰ ਸਕਦੇ ਆ ਤਾਂ ਕਰਨ ਸੀ ਲੇਕਿਨ ਅਫਤਾਬ ਦੀ ਜਿਹੜੀ ਚੰਗੀ ਗੱਲ ਹੋਇਆ ਵੇ ਕਿ ਇਹਦੀ ਜਿਹੜੀ ਹੈਲਪਲਾਈਨ ਹੈ ਨਾ ਉਹ ਸਾਡੀ ਆਪਣੀ ਜ਼ਬਾਨ ਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਇਹਨਾਂ ਨਾਲ ਇਹਨਾਂ ਨਾਲ ਗੱਲਬਾਤ ਕਰਕੇ ਤੇ ਅਗਰ ਕੋਈ ਮਸਲਾ ਆਵੇ ਕੋਈ ਪਰੇਸ਼ਾਨੀ ਆਵੇ ट्रांजैक्शन ਦੇ ਵਿੱਚ ਤੋ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਲੇਕਿਨ ਐਦਾ ਮੈਨੂੰ ਉਮੀਦ ਹੈ ਰਿਵਾਇਡ ਦਾ ਜਿਹੜਾ ਨਾ ਐਦਾ ਉਰਦੂ ਦੇ ਵਿੱਚ ਤੇ ਬਿਲਕੁਲ ਨਹੀਂ ਹੈ ਕਿਉਂਕਿ ਪਾਕਿਸਤਾਨ ਪੈਸੇ ਸੈਂਡ ਨਹੀਂ ਹੁੰਦੇ ਐਦੇ ਵਿੱਚ ਅਗਰ ਕਿਸੇ ਬੰਦੇ ਦੀ ਇੰਗਲਿਸ਼ ਠੀਕ ਹੈ ਤੇ ਉਹ ਬੰਦਾ ਜਿਹੜਾ ਨਾ ਇਹਦੀ ਹੈਲਪਲਾਈਨ ਤੇ ਆਪਣਾ ਕੰਟੈਕਟ ਵਗੈਰਾ ਕਰ ਸਕਦਾ ਵੇ ਇੱਥੇ ਦੇਖੋ ਇਹਦੀ ਸਰਵਿਸਿਜ਼ ਇਹਦਾ ਆਪਣਾ ਤੁਸੀਂ ਮਾਸਟਰ ਕਾਰਡ ਵੀ ਤੁਸੀਂ ਇਹਦਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਮਾਸਟਰ ਕਾਰਡ ਵੀ ਇਹਦਾ ਮਿਲ ਜਾਏਗਾ ਆਨਲਾਈਨ ਬੈਂਕਿੰਗ ਵੀ ਕਰ ਸਕਦਾ ਦੇਖੋ ਅਗਰ ਮਾਨਲਾਈਨ ਬੈਂਕਿੰਗ ਤੇ ਉੱਪਰ ਕਲਿੱਕ ਕਰਨਾ ਤੇ ਇੱਥੇ ਆ ਦੇਖੋ ਨੀਚੇ ਟੋਟਲ ਲਿਖਿਆ ਹੈ ਡੈਬਿਟ ਮਾਸਟਰ ਕਾਰ ਤੁਹਾਨੂੰ ਦੇਣਗੇ ਦਾ ਆਰਡਰ ਕਰ ਸਕਦੇ ਤੁਸੀਂ ਇੱਥੋਂ ਉਸ ਤੋਂ ਬਾਅਦ ਤੁਹਾਡਾ ਈਬਨ ਨੰਬਰ ਤੁਹਾਡਾ ਅਕਾਊਂਟ ਜਿਹੜਾ ਨਾ ਮੁਕੰਮਲ ਕ੍ਰੀਏਟ ਕਰਨਗੇ ਉਸ ਤੋਂ ਬਾਅਦ ਤੁਹਾਡਾ ਤੁਹਾਨੂੰ ਜਿਹੜਾ ਨਾ ਮਾਸਟਰ ਕਾਰ ਜਿਹੜਾ ਨਾ ਉਹ ਦੇ ਦੇਣਗੇ ਤੇ ਤੁਸੀਂ ਇਹ ਇੱਥੇ ਆਪਣਾ ਰਿਵਾਇਰ ਦੀ ਵੈਬਸਾਈਟ ਦੇ ਉੱਤੇ ਆਪਣੇ ਪੈਸੇ ਰੱਖ ਸਕਦੇ ਜੇ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਵਿਦਡਰਾ ਕਰਵਾ ਸਕਦੇ ਤੁਹਾਡੇ ਕੋਲ ਕਾਰਡ ਹੋਏਗਾ ਠੀਕ ਹੈ ਅਗਰ ਮਾਸਟਰ ਕਾਰ ਜਿਹੜਾ ਨਾ ਤੁਸੀਂ ਅਪਲਾਈ ਕਰ ਲੈਂਦੇ ਜੇ ਪੋਰਟ ਇਹ ਦੇਖੋ ਨਾ ਇਹ ਬੰਨ ਨੰਬਰ ਹੱਥੀ ਜਿਹੜਾ ਨਾ ਉਹ ਤੁਹਾਨੂੰ ਆਪਣਾ ਦਿੰਦੇ ਨੇ ਅਗਰ ਮੈਂ ਮਨੀ ਟ੍ਰਾਂਸਫਰ ਦੇ ਉੱਪਰ ਕਲਿੱਕ ਕਰਨਾ ਤੇ ਇੱਥੇ ਦੇਖੋ ਨੀਚੇ ਇੱਕ ਗੱਲ ਹੋਰ ਕਿਹਾ ਦੇਖੋ ਇਹਨਾਂ ਨੇ ਕਾਫੀ ਜ਼ਿਆਦਾ ਨਾ ਕੰਟੈਕਟ ਦੇ ਰੱਖੇ ਨੇ ਇੱਥੇ ਟਾਈਮ ਵਗੈਰਾ ਦਿੱਤਾ ਹੋਇਆ ਕਿ ਕਿਹਰੇ ਦਿਨ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੇ ਇੱਥੇ ਆਪਣਾ ਵਟਸਐਪ ਵੀ ਦਿੱਤੀ ਹੋਈ ਹੈ ਮੈਸੇਂਜਰ ਵੀ ਹੈ ਤੇ ਇਹਨਾਂ ਨੇ ਫੁੰਦਾ ਵਿਦਿਤਾ ਹੈ ਵੀ ਈਮੇਲ ਵੀ ਹੈ ਵਾਇਬਰ ਵੀ ਹੈ ਇਹ ਇਹਨਾਂ ਦੀ ਬੜੀ ਚੰਗੀ ਗੱਲ ਹੈ ਕਿ ਇਹਨਾਂ ਨੇ 3 4 5 ਤਰੀਕੇ ਦੇ ਰੱਖਿਓ ਨੇ ਤੁਸੀਂ ਇਹਨਾਂ ਦੇ ਨਾਲ ਆਪਣਾ ਨਾਲ ਗੱਲਬਾਤ ਕਰ ਸਕਦੇ ਤੇ ਕੋਈ ਵੀ ਤੁਹਾਡੇ ट्रांजैक्शन ਦੇ ਵਿੱਚ ਕੋਈ ਮਸਲਾ ਹੋਵੇ ਕੋਈ ਤੁਸੀਂ ਇਨਫਾਰਮੇਸ਼ਨ ਲੈਣੀ ਹੋਵੇ ਤੇ ਅਕਾਊਂਟ ਦੇ ਦਾ ਮੈਂ ਅਗਰ ਤੁਹਾਨੂੰ ਆਪਣਾ ਬਣਾਨਾ ਨਾ ਆਏ ਤੇ ਫਿਰ ਤੁਸੀਂ ਮੈਸੇਜ ਕਰਾ ਕਰੋ ਤੇ ਮੈਂ ਤੁਹਾਨੂੰ ਦੱਸ ਦਾਂਗਾ ਕਿ ਕਿਸ ਤਰ੍ਹਾਂ ਦਾ ਤੁਸੀਂ ਨਾ ਅਕਾਊਂਟ ਬਣਾ ਸਕਦੇ ਹੋ ਈਜ਼ੀ ਹੋਏਗਾ ਦੇਖੋ ਸਾਈਨ ਅਪ ਦੇ ਉੱਪਰ ਕਲਿੱਕ ਕਰਨਾ ਉਸ ਤੋਂ ਬਾਅਦ ਇੱਥੇ ਜੋ ਜੋ ਮੰਗਦਾ ਤੁਸੀਂ ਆਪਣਾ ਫਿਲ ਕਰੀ ਜਾਣਾ ਤੇ ਤੁਹਾਡੀ ਆਈਡੀ ਜਿਹੜੀ ਬਣ ਜਾਏਗੀ ਲੇਕਿਨ ਅਗਰ ਤੁਸੀਂ ਕਹੋਗੇ ਤੇ ਫਿਰ ਮੈਂ ਇਨਸ਼ਾਅੱਲਾ ਇਹਦੀ ਵੀ ਨਜ਼ਰਕ ਵੀਡੀਓ ਬਣਾ ਦਵਾਂਗਾ ਤੇ ਉਮੀਦ ਕਰਨਾ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਏਗੀ ਲਾਜ਼ਮੀ ਜਰਾ ਨਾ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗੱਨਾ ਹੀ ਕੀਤਾ ਤੇ ਮਿਲਣਾ ਜੀ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ ਜੀ